ਤੇ ਹੁਣ ਦੋਸਤੋ ਆਪਾਂ ਆ ਗਏ ਹਾਂ ਟਾਂਡੇ ਸ਼ਹਿਰ ਦੇ ਵਿੱਚ ਤੇ ਆਹ ਫਾਟਕਾਂ ਦੇ ਕੋਲ ਆਹ ਵਾਲਾ ਬਾਈ ਜੀ ਦਾ ਘਰ ਆ ਗੋਪਾਲ ਮੋਟਰਸਾਈਕਲ ਦੀ ਜਿਹੜੇ ਬਾਈ ਰਿਪੇਅਰ ਕਰਦਾ ਗੋਪਾਲ ਮੋਟਰਸਾਈਕਲ ਆਟੋ ਸਰਵਿਸ ਤੇ ਉਹਨਾਂ ਨੇ ਆਪਣਾ ਜਿਹੜਾ ਬੰਦਾ ਭੇਜਿਆ ਨਾਲ ਤੇ ਚੱਲਦੇ ਹਾਂ ਹੁਣ ਆਪਾਂ ਅੰਦਰ ਪਲਾਂਟ ਲਗਾਉਣ ਚੱਲ ਚੱਲ ਬਾਈ ਚੱਲ ਬਾਈ ਚੱਲ ਬਾਈ ਤੇ ਇੱਥੇ ਆਪਾਂ ਗੱਡੀ ਖਲਾਰ ਦਿੰਦੇ ਹਾਂ ਢੇਰ ਕਿੱਥੇ ਪਿਆ ਮੈਂ ਕਿਹਾ ਢੇਰ ਕਿੱਥੇ ਪਿਆ ਢੇਰ ਹਾਂ ਢੇਰ ਕਿੱਥੇ ਪਿਆ ਉਹ ਰੂੜੀ ਰੂੜੀ ਕਿੱਥੇ ਹੈ ਉੱਤੇ ਹੋਣੀ ਮੈਂ ਔਨ ਕੀਤਾ ਹੈ ਬਲੌਕ ਉਧਰ ਜਗ੍ਹਾ ਤੁਹਾਡੀ ਬਹੁਤ ਭੀੜੀ ਆਈ ਜਗ੍ਹਾ ਹੁਣ ਆਪਾਂ ਨੇ ਨਾ ਆਹ ਵਾਲੀ ਲੋਕੇਸ਼ਨ ਆ ਜਿਹੜੀ ਬਣਾ ਲਈ ਆ ਕਿਉਂਕਿ ਇੱਧਰ ਆਹ ਤਾਂ ਅੰਬ ਦਾ ਬੂਟਾ ਲੱਗਿਆ ਹੋਇਆ ਇੱਥੇ ਤੇ ਇੱਧਰ ਆਪਾਂ ਇਹ ਤੋਂ ਥੋੜ੍ਹਾ ਜਿਹਾ ਨਾ ਛੱਡ ਕੇ ਫਾਸਲਾ ਕਾਫੀ ਜ਼ਿਆਦਾ ਕਿਉਂਕਿ ਬਾਅਦ ਦੇ ਵਿੱਚ ਬੂਟਾ ਵੱਡਾ ਹੁੰਦਾ ਤਾਂ ਫਿਰ ਕਰਨਾ ਪੈਂਦਾ ਇੰਨਾ ਦੂਰ ਤੇ ਇੱਥੇ ਆਪਾਂ ਥਾਈ ਪਿੰਕ ਅਮਰੂਦ ਲਗਾਵਾਂਗੇ ਇਸ ਜਗ੍ਹਾ 'ਤੇ ਅਤੇ ਇੱਧਰ ਇੱਥੇ ਜਿੱਦਾਂ ਪਹਿਲਾਂ ਅਮਰੂਦ ਲੱਗਿਆ ਹੋਇਆ ਇਹ ਵਾਈਟ ਆ ਅਤੇ ਇੱਧਰ ਆਪਾਂ ਨਿੰਬੂ ਦਾ ਬੂਟਾ ਲਗਾ ਦੇਵਾਂਗੇ ਇਸ ਜਗ੍ਹਾ ਦੇ ਉੱਤੇ ਇੰਨਾ ਆਪਾਂ ਡੂੰਘਾ ਟੋਆ ਪੱਟ ਲਿਆ ਤੇ ਇੱਧਰ ਥੋੜਾ ਜਿਹਾ ਕੁਛ ਨਾ ਜ਼ਿਆਦਾ ਪੱਟਣਾ ਪੈ ਗਿਆ ਕਿਉਂਕਿ ਨਾ ਇਹਦੇ ਵਿੱਚ ਇੱਦਾਂ ਸੀ ਵੀਡੀਓ ਦੇ ਵਿੱਚ ਧੁੱਪਾ ਪਤਾ ਨਹੀਂ ਲੱਗਦਾ ਰੇਤਾ ਬਹੁਤ ਜ਼ਿਆਦਾ ਸੀਗੀ ਇਹ ਵਿੱਚ ਅਤੇ ਇਸ ਕਰਕੇ ਇੱਥੇ ਆਪਾਂ ਮਿੱਟੀ ਦੂਜੀ ਪਾਵਾਂਗੇ ਕਾਲੀ ਕਿਉਂਕਿ ਨਿੰਬੂ ਲਗਾਉਣਾ ਇੱਥੇ ਅਤੇ ਅਮਰੂਦ ਨੇ ਚੱਲ ਪੈਣਾ ਇੱਧਰ ਵੈਸੇ ਮਿੱਟੀ ਵੀ ਠੀਕ ਆ ਅਤੇ ਇਹਦੇ ਵਿੱਚ ਵੀ ਮਿੱਟੀ ਥੋੜ੍ਹੀ ਆਪਾਂ ਲਿਆ ਕੇ ਪਾਵਾਂਗੇ ਅਤੇ ਢੇਰ ਪਾਵਾਂਗੇ ਆਹ ਸੇਕ ਮਿੱਟੀ ਦੇ ਵਿੱਚ ਨਾ ਦੇਖ ਕਿੰਨੀ ਸੇਕ ਆਹ ਵਾਲੀ ਹੋਰ ਲਗਾਉਣਾ ਟੱਕ ਦੇਖੀਏ ਇੱਥੇ ਕਿੰਨੀ ਕੁ ਸੇਕ ਆ ਇੱਥੇ ਨਾ ਮਿੱਟੀ ਦੇਖਣ ਆਏ ਤੇ ਮਿੱਟੀ ਵਧੀਆ ਨਹੀਂ ਹੈਗੀ ਬਿਲਕੁਲ ਵੀ ਖਰਾਬ ਮਿੱਟੀ ਹਾਂ ਤੇ ਜਿਹੜਾ ਲੈਣ ਲੱਗੇ ਆ ਤੇ ਇਹ ਯਾਰ ਢੇਰ ਵੀ ਤੁਹਾਡਾ ਨਾ ਇਹ ਵੀ ਤਾਜ਼ਾ ਹੀ ਆ ਢੇਰ ਪੁਰਾਣਾ ਪੁਰਾਣਾ ਢੇਰ ਹੈ ਨਹੀਂ ਕਿਤੇ ਤੇ ਦੋਸਤੋ ਢੇਰ ਪਾਉਣਾ ਨਾ ਤਾਂ ਪੁਰਾਣਾ ਢੇਰ ਚੰਗਾ ਹੁੰਦਾ ਇੱਧਰ ਆਹ ਨਵਾਂ ਪਿਆ ਇਹਦਾ ਕੋਈ ਫਾਇਦਾ ਨਹੀਂ ਆਹ ਪੁਰਾਣਾ ਹਾਂ ਦੋਸਤੋ ਜਦੋਂ ਪੌਦਾ ਲਗਾਉਣਾ ਢੇਰ ਏਦਾਂ ਦਾ ਵੀ ਨਾ ਲਗਾ ਲਿਓਗੇ ਇਹਦੇ ਵਿੱਚ ਦੇਖੋ ਕਿੰਨੇ ਸਾਰੇ ਸੁੰਡਾ ਤੇ ਏਦਾਂ ਦਾ ਆਪਾਂ ਢੇਰ ਨਹੀਂ ਲਗਾਉਣਾ ਹੈਗਾ ਤੇ ਹੁਣ ਨਾ ਪੁਰਾਣਾ ਇਹਦੇ ਵਿੱਚ ਪੁਰਾਣਾ ਵੀ ਖਰਾਬ ਹੋਇਆ ਪਿਆ ਸੀ ਤੇ ਇਸ ਕਰਕੇ ਨਵਾਂ ਢੇਰ ਹੀ ਪਾ ਰਹੇ ਹਾਂ ਟਾਈਮ ਪਾ ਕੇ ਆਪੇ ਸਹੀ ਹੋ ਜਾਣਾ ਤੇ ਨਵਾਂ ਢੇਰ ਆਪਾਂ ਜ਼ਿਆਦਾ ਨਹੀਂ ਥੋੜ੍ਹੀ ਪਾਵਾਂਗੇ ਇਸ ਤਰ੍ਹਾਂ ਨਾ ਮਿਕਸ ਕਰ ਲੈਣਾ ਇਹਨੂੰ ਆਪਾਂ ਨੂੰ ਦੋਸਤੋ ਇਹ ਸੀਗੇ ਵੀ ਟੋਆ ਨਾ ਆਪਾਂ ਡੂੰਘਾ ਜ਼ਿਆਦਾ ਤਾਂ ਕੀਤਾ ਸੀਗਾ ਵੀ ਮਿੱਟੀ ਦੂਜੀ ਲਿਆ ਕੇ ਪਾਵਾਂਗੇ ਪਰ ਮਿੱਟੀ ਨਾ ਇੱਥੇ ਹੈ ਨਹੀਂ ਚੱਜ ਦੀ ਬਿਲਕੁਲ ਵੀ ਅਤੇ ਨਾ ਹੀ ਚੱਜ ਦਾ ਆਪਾਂ ਨੂੰ ਕਿਤੋਂ ਢੇਰ ਮਿਲਿਆ ਢੇਰ ਦੇ ਵਿੱਚ ਵੀ ਸੁੰਡ ਪਏ ਹੋਏ ਸੀਗੇ ਬਹੁਤ ਹੀ ਜ਼ਿਆਦਾ ਪੁਰਾਣਾ ਸੀਗਾ ਅਤੇ ਸੁੰਡ ਸਿਉਂਕ ਵਗੈਰਾ ਤਾਂ ਫਿਰ ਦਾ ਡਰ ਰਹਿੰਦਾ ਅਤੇ ਥੋੜ੍ਹਾ ਜਿਹਾ ਆਪਾਂ ਤਾਜ਼ਾ ਲੈ ਆਏ ਹਾਂ ਤਾਜ਼ਾ ਹੌਲੀ ਹੌਲੀ ਇਹਦੇ ਵਿੱਚ ਗਲ ਜਾਣਾ ਪਰ ਬਾਹਰ ਦੇ ਵਿੱਚ ਨਾ ਸਾਈਡਾਂ 'ਤੇ ਪਾ ਲੈਣਾ ਉਹ ਠੀਕ ਵਧੀਆ ਢੇਰ ਤੋਂ ਮਿਲਦਾ ਹੈ ਨਾ ਜੇ ਹੁਣ ਆਪਾਂ ਢੇਰ ਵਾਲੀ ਮਿੱਟੀ ਜਿਹੜੀ ਆਪਾਂ ਮਿਕਸ ਕੀਤੀ ਆ ਇਹਨੂੰ ਇੱਥੋਂ ਚੱਕ ਲਵਾਂਗੇ ਇੱਕ ਨਾ ਜਿਹੜੀਆਂ ਆਹ ਲੱਕੜੀਆਂ ਨਾ ਆਹ ਵਾਲੀਆਂ ਲੱਕੜੀਆਂ ਇਹਨਾਂ ਨੂੰ ਚੱਕ ਕੇ ਨਾ ਇੱਥੋਂ ਸਾਰੀਆਂ ਚੱਕ ਦਿਓ ਇਹ
क्योंकि ये थले लकड़ा के थले स्यौक बननी है ते आ मोटर को हाथ पाओ लकड़ा के थले ना स्यौ उ स्यौक बननी है ते स्यौक बन के मुड़ के बूटे को आ जानी है इस करके लकड़ा चाके ना कितने भी होर रख दो उधर रख दो बूटा तो ना काफी दूर रखे इन्हों एक बार लगा के पानी पावांगे ते जो मिट्टी अठर जूगी मतलब मिट्टी खुश्क हो गई हार्ड हाँ मिट्टी खुश्क होगी ना हार्ड होगी तो गुडना इन गोडी करनी है ठीक हार्ड होगी ये गोडी करनी है गोडी करने तो बाद जो मिट्टी ना दो दिन गोडी करने तो बाद गोडी करके ना ये ऐसा इस तरह कर देनी है मिट्टी साफ वो थले वाली फिर गिल नहीं मरती ठीक है ते जो ना तुसी दो दिन ऐसा गोडी करने तो बाद वधिया लंघ जाने दो या एक दिन फिर मिट्टी देख लेनी है थले गिल हैगी तो ठीक है ते जे गिल थलो ना इन्नी नी आ अद्धी दी उंगल गिल वाली गई तो ओहदे विच टपक पानी पा देना फिर अजे बरसात पै के हटी हजे ना पायो ते हुण ना आपां इत्थे अमरूद का बूटा लगावांगे क्योंकि उधर हैगा अंब ते जिथे आपां नींबू लगाउणा उहदे सामने अमरूद आ इस करके पिछे आपां लगावांगे इहनूं इहनूं खोल लिया गा चल पई है ना ते गिला बहुत है हजे ते सिर्फ आसे पासे मिट्टी नूं गिला करन लई उहदे पानी पावांगे आपां चलो तो आप नींबू का बूटा लगा लगे हाँ लफाफा यदा जरूर लगा चाहिए हूँ दोस्तों आप बूटे दे विच पानी पाउन लगे हाँ बस ज्यादा पानी नहीं पावांगे आपां क्योंकि पहला नमी बहुत आ आ जो इधर ते गर्मियों दे विच इहनूं पानी पा दिया करना जदों मिट्टी खुश्क होगी ना ठीक क्योंकि तुहाडे रेता ज्यादा इत्थे ते पानी आपां ने पा दित्ता बूटियां दे विच ते लओ जी पानी पाउण तों बाद काम अपना बिलकुल कंप्लीट हो चुकिया ते दूसरा इधर अमरूद का बूटा अपने ये भी लगा इन भी पानी देता तो सारा कुछ आप दस दीती थी सामभ संभाल तो अगे तू ग्रो हों भी दिखावे तो भाजी आप कह दिता भी वट्सअप आप जो अपडेट भेजते रहन तो लो जी लुटते फिरते आप तंग लुटना ही ना क्यों क्या मैं नहीं लुटना देखी किदा खोंदे एक दूजे नूं पाड़ भी ना दे कि हुण किदा संगदा अपनी इंट्रोडक्शन दे बई गोपाल पाई दे चेले की करदा मोटरसाइकिल दा काम सिखदा ओके चलो ठीक है ते दोस्तो आपा ब्लॉग दी हुण इत्थी समाप्ति करदे आ ते अगले तुहानू दिखाने अगली अपडेट आपा कित्थे करदे आ फिर ते बूटे लगाउण तों बाद दोस्तो